ਪੁਰੇ ਜਗ ਵਿੱਚ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲਿਓ ਪਿਆਰਿਓ ਮਿੱਤਰੋ ਜਿਉਂਦੇ ਰਹੋ ਖੁਸ਼ ਰਹੋ ਸਲਾਮਤ ਰਹੋ ਅੱਜ ਅਸੀਂ ਇੱਕ ਨਵੇਂ ਜਟਕਬੀਲੇ ਦੀ ਵੀਡੀਓ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਉਹਦੇ ਤੋਂ ਪਹਿਲਾਂ ਅਗਰ ਤੁਸੀਂ ਬਾਬਾ ਬਾਜਵਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਕਰ ਦਿਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਦਿਓਗੇ ਤੇ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਪਣੇ ਆਪ ਆਪੜਦੀ ਰਹੇਗੀ ਵੀਡੀਓ ਚੰਗੀ ਲੱਗੇ ਤੇ ਉਹਨੂੰ ਲਾਈਕ ਵੀ ਕਰੋ ਹੋਰ ਸੱਜਣਾਂ ਦੇ ਵਿੱਚ ਸ਼ੇਅਰ ਵੀ ਕਰੋ ਅੱਜ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਚੰਨਾ ਜੱਟ ਕਬੀਲੇ ਦੀ ਜਿਹਨੂੰ ਬਹੁਤ ਜ਼ਿਆਦਾ ਇਹਨਾਂ ਲੋਕਾਂ ਨੇ ਅਨਪੜਤਾ ਪਰੋਂ ਚਣਾ ਬਣਾਤਾ ਐਕਚੁਅਲੀ ਚੰਨਾ ਜੱਟ ਕਬੀਲਾ ਚੰਨਾ ਜੱਟ ਕਬੀਲਾ ਜਿਹੜਾ ਹਜ਼ਾਰਾਂ ਸਾਲ ਪੁਰਾਣਾ ਕਬੀਲਾ ਹੈ ਔਰ ਉਹ ਕਬੀਲਾ ਹੈ ਕਿ ਜਿਹਦੀ ਤਾਰੀਖ ਜਿਹੜੀ ਹੈ ਉਹ ਬਹੁਤ ਪਿੱਛੇ ਤੱਕ ਕਰ ਕਬਲ ਮਸੀਹ ਤੱਕ ਖੋਜੀ ਜਾ ਸਕਦੀ ਹੈ ਇੱਕ ਖਾਨੇ ਭਈ ਪੱਟੀ ਜੈਸਲ ਮੀਰ ਤੇ ਸਮਾ ਸਿੰਧ ਤੇ ਚੰਨਾ ਕਾਛਾ ਦਾदू ਜ਼ਿਲ੍ਹਾ ਤੀਰਥ ਪਹਾੜ ਦੀ ਕਾਛ ਦੇ ਲਾਕੇ ਨੂੰ ਕਾਛ ਆਖਦੇ ਨੇ ਚੰਨਾ ਚੁਨੀਰ ਦਾ ਪੁੱਤਰ ਹੈ ਤੇ ਮੂਲ ਰਾਜ ਦਾ ਪੋਤਰਾ ਹੈ ਤੇ ਜੱਟਾਂ ਵਿੱਚੋਂ ਵਾਵਾ ਨਾਂ ਨਿਸ਼ਾਨ ਵਾਲਾ ਕਬੀਲਾ ਹੈ ਇਹ ਸਾਰਾ ਕੁਝ ਅਸੀਂ ਤੁਹਾਨੂੰ ਚੰਨਾ ਜੱਟ ਕਬੀਲਾ ਦਾ ਕੁਰਸੀਨਾਮਾ ਬਿਆਨ ਕਰਨ ਲੱਗੇ ਹਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਅਸੀਂ ਦੇਖਦੇ ਹਾਂ ਵੀ ਚੰਨਾ ਜੱਟ ਕਬੀਲਾ ਬਾਰੇ ਵੱਖ-ਵੱਖ ਤਜ਼ਕਿਰੇ ਕਰਨ ਵਾਲਿਆਂ ਕੀ ਕੀ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਵਿਦ ਈਡੀ ਮੈਕਲੇਗਨ ਤੇ ਚਰੂਜ਼ ਨੇ ਚੰਨਾ जाट ਕਬੀਲੇ ਦਾ ਕੋਈ ਜ਼ਿਕਰ ਮੁੱਢੋਂ ਕੀਤਾ ਹੀ ਨਹੀਂ ਐਂਜੀ ਹੋਰ ਤਾਰੀਖੀ ਤਜ਼ਕਿਰਾ ਵਿੱਚ ਵੀ ਚੰਨਾ जाट ਕਬੀਲੇ ਦੀ ਇਹ ਬੜੀ ਭਾਲ ਕੀਤੀ ਪਰ ਇਸ ਕਬੀਲੇ ਬਾਰੇ ਇੱਕ ਲਫ਼ਜ਼ ਵੀ ਸਾਨੂੰ ਕਿਤੋਂ ਨਹੀਂ ਲੱਭਿਆ ਗਲਾਸਰੀ ਵਿੱਚ ਜੱਟਾਂ ਦੇ ਇੱਕ ਚੰਨ ਕਬੀਲੇ ਦਾ ਜ਼ਿਕਰ ਮਿਲਦਾ ਪਰ ਉਹ ਚੰਨਾ ਤੋਂ ਵੱਖੇ ਚੰਨਾ ਆਖਦੇ ਨੇ ਖੂ ਦੀ ਕਾਂਜਣ ਨੂੰ ਸਹਾਰਾ ਦੇਣ ਵਾਲੇ ਪੁਰਾਣੇ ਵੇਲੇ ਅੰਦਰ ਖੂ ਦੇ ਪਲਾਣੇ ਦੇ ਨਾਲ ਸਾਹਮਣੇ ਤੋਂ ਬੰਦੇ ਦੇ ਕਦੋਂ ਉੱਚੇ ਦੋ ਚੰਨੇ ਬਣਾਏ ਜਾਂਦੇ ਸਨ ਜਿੰਨਾ ਉੱਤੇ ਲੱਕੜੀ ਦੀ ਚੰਗੀ ਤਗੜੀ ਪੋਰੀ ਰੱਖ ਦਿੱਤੀ ਜਾਂਦੀ ਸੀ ਜਿਹਨੂੰ ਕਾਂਜਣ ਆਖਦੇ ਸਨ ਤੇ ਖੂ ਦੇ ਢੋਲ ਵਿੱਚ ਘਾਰ ਤੀਰ ਜਿਹੜਾ ਉਹਦੇ ਚ ਸوراਖ ਕੱਢ ਕੇ ਤੇ ਉਹਦੇ ਚ ਅੜਾਤਾ ਜਾਂਦਾ ਸੀ ਤੇ ਉਹਦੇ ਨਾਲ ਖੂ ਜਿਹੜਾ ਉਹ ਬਿਲਕੁਲ ਤਵਾਜ਼ਨ ਦੇ ਵਿੱਚ ਰਹਿੰਦਾ ਸੀ ਔਰ ਸੱਜੇ ਖੱਬੇ ਜਿਹੜਾ ਉਹ ਤੀਰ ਨਹੀਂ ਸੀ ਜਾਂਦਾ ਇੰਜ ਚੰਨਾ ਦੇ ਮਾਣੇ ਨਿਕਲਦੇ ਨੇ ਮੋਢਾ ਦੇਣ ਵਾਲਾ ਸਹਾਰਾ ਦੇਣ ਵਾਲਾ ਮਦਦਗਾਰ ਅਸਲ ਗੱਲ ਇਹ ਵੇ ਪਈ ਇਸ ਧਰਤੀ ਦੇ ਜਟ ਕਬੀਲਿਆਂ ਨੇ ਅੱਜ ਤੀਕਰ ਖੋਜ ਕੀਤੀ ਨਹੀਂ ਔਰ ਕਰਾਈ ਵੀ ਨਹੀਂ ਗਈ ਕਿ ਇਹ ਇਹਨਾਂ ਦੇ ਬਾਰੇ ਵਿੱਚ ਇਸ ਬਾਰੇ ਅੰਗਰੇਜ਼ਾਂ ਥੋੜਾ ਬੋਤਾ ਜਿਹੜਾ ਕੰਮ ਕੀਤਾ ਪਰ ਪਾਕਿਸਤਾਨ ਜਦੋਂ ਦਾ ਬਣਿਆ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਗਿਆ ਇੰਜ ਸਾਡਾ عظیم ਜਟ ਕਬੀਲਿਆਂ ਦਾ ਇਤਿਹਾਸ ਗਵਾਚੜੇ ਪਿਆ ਹੋਇਆ ਹੈ ਅਤੇ ਜਟਾਂ ਨੂੰ ਵੀ ਹਾਲੀਤੀ ਕਰੇ ਇਸ ਦੀ ਮਾਸਾ ਪ੍ਰਵਾਹ ਨਹੀਂ ਤੇ ਸੁਰਤ ਨਹੀਂ ਜਦੋਂ ਵੀ ਕਿਸੇ ਦੀ ਸ਼ੈ ਦੀ ਚੱਜ ਨਾਲ ਸਾਹਮਣੇ ਸੰਭਾਲ ਨਾ ਕੀਤੀ ਜਾਏ ਤੇ ਉਹ ਸ਼ੈ ਜਿਹੜੀ ਹੈ ਗਵਾਜ ਜਾਂਦੀ ਹੈ ਸਾਡੇ ਹਾਲੇ ਬੀਬੀ ਪੂਰੇ ਜੱਗ ਚੋਂ ਲੰਮੇ ਕੱਦ ਕਾਠ ਵਾਲੇ ਬੰਦੇ ਆਲਮ ਚੰਨਾ ਨੂੰ ਸਾਡੇ ਆਲਮ ਲੋਕਾਂ ਨੇ ਚੰਨਾ ਬਣਾ ਕੇ ਤੇ ਛੋਲਿਆਂ ਦੇ ਖੇਤਰ ਵਿੱਚ ਵਾਰ ਦਿੱਤਾ ਹਾਲਾਂ ਚੰਨਾ ਜੱਟ ਕਬੀਲਾ ਦੇ ਲੋਕ ਲਾੜਕਾਨਾਂ ਤੋਂ ਜਾਮ ਸ਼ੋਰਾ ਤੀਕਰ ਵਸੇ ਹੋਏ ਨੇ ਔਰ ਚੰਨਾ ਜੱਟ ਢੇਰ ਗਿਣਤੀ ਦੇ ਵਿੱਚ ਸਿੰਧ ਦੇ ਅੰਦਰ ਮੌਜੂਦ ਹੈ ਇਹਦੇ ਨਾਲ ਨਾਲ ਉਹ ਖੈਰਪੁਰ 나ਥਨ ਸ਼ਾ ਮੇੜ ਜੋਈ ਦਾਦੂ ਨਸੀਰਾਬਾਦ ਵਿੱਚ ਇੱਕ ਵੇਲੇ ਇਹਨਾਂ ਦਾ ਰਾਜ ਵੀ ਰਿਹਾ ਪੂਰੇ ਸਿੰਧ ਵਿੱਚ ਆਮ ਤੌਰ ਤੇ ਤੇ ਦਾਦੂ ਜ਼ਿਲ੍ਹਾ ਵਿੱਚ ਖਾਸ ਕਰਕੇ ਚੰਨਾ ਜੱਟ ਕਬੀਲੇ ਦੀਆਂ ਜਾਗੀਰਾਂ ਤੇ ਸਰਦਾਰੀ ਸੀ ਇਸ ਤੋਂ ਜੈਕਬਾਬਾਦ ਦੀ ਤਹਿਸੀਲ ਠੋਲ ਵਿੱਚ ਇਸ ਕਬੀਲੇ ਦੇ ਚੋਖੇ ਨਾਂ ਨਿਸ਼ਾਨ ਵਾਲੇ ਲੋਕ ਤੇ ਸਰਦਾਰ ਵਸਦੇ ਨੇ ਪਰ ਸਿੰਧ ਵਿੱਚ ਅੱਜਕੱਲ ਕੁਝ ਜੱਟਾਂ ਤੋਂ ਅੱਡ ਜਾਤਾਂ ਦੇ ਲੋਕ ਵੀ ਚੰਨਾ ਜੱਟ ਕਬੀਲੇ ਦੀਆਂ ਬਰੂਆਂ ਟੱਪ ਕੇ ਅੰਦਰ ਆਈ ਜਾਂਦੇ ਨੇ ਇਹ ਲੋਕ ਚੰਗੇ ਕਦ ਕਾਠ ਵਾਲੇ ਗੱਭਰੂ ਹੁੰਦੇ ਨੇ ਚੰਨਾ ਲਫਜ਼ ਦੀ ਨਿਸ਼ਬਤ ਨਾਲ ਚੰਨ ਨਾਲ ਵੀ ਇਹਦੀ ਜੁੜਦੀ ਹੈ ਮੀਰਪੁਰ ਮਥੇਲਾ ਸਿੰਧ ਵਿੱਚ ਚੰਨਾ ਮੱਲਾ ਵੀ ਹੈ ਅਤੇ ਇਸ ਇਲਾਕੇ ਵਿੱਚ ਚੰਨਾ ਨਾਮ ਦਾ ਇੱਕ ਪਿੰਡ ਵੀ ਹੈ ਮੀਆਂ ਚੰਨੂ ਚੰਨਾ ਜੱਟਾਂ ਦਾ ਵਸਾਇਆ ਹੋਇਆ ਸ਼ਹਿਰ ਹੈ ਅਤੇ ਚਨਾਰ ਦਾ ਇਲਾਕਾ ਵੀ ਚੰਨਾ ਜੱਟਾਂ ਦੇ ਨਾਂ ਤੇ ਹੀ ਪਿਆ ਸੀ ਇਹ ਲੋਕ ਹਿੰਦੂ ਮੁਸਲਮਾਨ ਸਿੱਖ ਮذਬਾ ਵਿੱਚ ਨੇ ਅਤੇ ਹਿੰਦ ਸੇਨ ਦੇ ਜੱਟ ਦੇਸ਼ ਅਫਗਾਨਿਸਤਾਨ ਈਰਾਨ ਦੇ ਪੁਰਾਣੇ ਵਾਸੀ ਨੇ ਇਹਨਾਂ ਵਿੱਚੋਂ ਪ੍ਰੋਫੈਸਰ ਸਾਲੇ ਮਮਨ ਚੰਨਾ ਕਰੀਮ ਬਖਸ਼ ਚੰਨਾ ਵੀ ਹੈ ਉਹਨਾਂ ਵੀ ਕਈ ਕਿਤਾਬਾਂ ਲਿਖੀਆਂ ਨੇ ਹਮਾਈਓ ਨਾਮਾ ਲਿਖਿਆ ਉਹਨਾਂ ਦਾ ਹੀ ਸੀ ਲਿਖੀ ਹੋਈ ਕਿਤਾਬ ਹੈ ਤੇ ਮਸ਼ਹੂਰ ਗੁਲੂਕਾਰਾ ਹਮੈਰਾ ਚੰਨਾ ਦਾਨਿਸ਼ ਚੰਨਾ ਤੇ ਮਹਿਤਾਬ ਚੰਨਾ ਚੇਅਰਮੈਨ ਕੰਜ਼ਰਵੇਟਿਵ ਪਾਰਟੀ ਤੇ ਪ੍ਰੋਫੈਸਰ ਅਸਕਰ ਚੰਨਾ ਚਾਂੜਕਾ ਮੈਡੀਕਲ ਯੂਨੀਵਰਸਿਟੀ ਵਾਵਾ ਮਸ਼ਹੂਰ ਲੋਕ ਹੋਏ ਨੇ ਹੁਣ ਅਸੀਂ ਚੰਨਾ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਤੁਹਾਡੇ ਨਾਲ ਸਾਂਝਾ ਕਰਦੇ ਆ ਜੋ ਸਾਡੇ ਸਿੰਧੀ ਸੱਜਣ ਆਰੀਆ ਡਾਕਟਰ ਲਾਲਬਖਸ਼ ਨਾਇਕ ਮੱਲੀ ਜੱਟ ਨੇ ਮੀਰਪੁਰ ਮਥੇਲਾ ਤੋਂ ਸਾਡੇ ਨਾਲ ਸਾਂਝਾ ਕੀਤਾ ਉਸ ਕੁਰਸੀਨਾਮੇ ਮੁਤਾਬਕ حضرت ਆਦਮ علیہ ਸਲਾਮ ਤੋਂ ਚੌਖਾ ਘੇਰੇ ਪੁੱਜ ਕੇ ਨਾਂ ਹੁੰਦਾ حضرت ਨੂਹ علیہ ਸਲਾਮ ਦਾ ਜਿਨ੍ਹਾਂ ਨੂੰ ਦੂਸਰਾ ਮੰਨੂ ਵੀ ਆਖਿਆ ਜਾਂਦਾ ਸੀ ਉਹਨਾਂ ਦੇ ਅੱਗੋਂ حضرت ਨੂਹ علیہ السلام ਦੇ ਪੁੱਤਰ ਹੋਏ ਸਾਬ ਤੇ ਹਾਮ ਪਿਆਪਤ ਯਾਨੀ ਮਹੇਸ਼ ਕਨਾਨ ਯਰਨ ਹਰ ਹਰ ਤੇ ਅਜਮ ਇਹ ਕਨਾਨ ਤੋਂ ਲੈ ਕੇ ਕਨਾਨ ਹਰਨ ਹਰ ਹਰ ਤੇ ਯਜਮ ਚਾਰੇ ਜਿਹੜੇ ਸਰ ਇਹ حضرت ਨੂਹ علیہ السلام ਦੀ ਬੀਬੀ ਵਾਇਲਾ ਵਿੱਚੋਂ ਸਰ ਔਰ ਇਹ ਜਿਹੜੀ ਆ ਨਾ ਖਲਬ ਸੀ ਸਣੇ ਪੁੱਤਰਾਂ ਦੇ ਔਰ ਇਹ ਉਹਨਾਂ ਦੇ ਆਖੇ ਨਾ ਲੱਗੇ ਔਰੇ ਸਾਰੇ ਜਿਹੜੇ ਨੇ ਡੁੱਬ ਕੇ ਮਰ ਗਏ ਜਿਹੜਾ ਤੂਫਾਨ ਦੀ ਨੂੰ ਆਇਆ ਸੀ ਉਹਦੇ ਵਿੱਚ ਹਜ਼ਰਤ ਨੂਹ علیہ السلام ਦੀ ਬੇੜੀ ਦੇ ਵਿੱਚ ਨਹੀਂ ਸਣ ਬੈਠੇ ਇਹਨਾਂ ਦੇ ਵਿੱਚੋਂ ਸਾਮ ਦੀ نسل ਜਿਹੜੀ ਹੈ ਸਾਮੀ ਸਦਾਂਦੀ ਹੈ ਤੇ ਏਸ਼ੀਆ ਵਿੱਚ ਵੱਸ ਗਈ ਹੈ ਤੇ ਹਾਮ ਜਿਹੜਾ ਦੂਜਾ ਭਰਾ ਸੀ ਉਹਦੀ نسل ਜਿਹੜੀ ਹੈ ਅਫਰੀਕਾ ਚ ਜਾ ਵਸੀ ਤੇ ਯਾਬ ਦੀ نسل ਜਿਹੜੀ ਹੈ ਤੁਰਕੀ ਚੀਨ ਤੇ ਯੂਰਪ ਦੇ ਵਿੱਚ ਜਾ ਵਸੀ ਅੱਗੋਂ ਸਾਮ ਦਾ ਪੁੱਤਰ ਹੋਇਆ ਜੀ ਅਰਫਕਾ ਸਿੰਧ ਤੇ ਈਸ਼ਵਰ ਆਰਾਮ ਅਸਵਰ ਲੂਦ ਬਲਕਾਨ ਜਿਹਦੇ ਦੋ ਪੁੱਤਰ ਖਰਾਸਾਨ ਤੇ ਸ਼ਾਮ ਹੋਏ ਸਮਾਨ ਕਨਾਨ ਜਿਹਦਾ ਦੂਜਾ ਨਾਮ ਕੀਕਾਨ ਵੀ ਹੈ ਤੇ ਲਾਵਰ ਅਗੋਂ ਦੀ ਅਰਫਗਾ ਸਹਿੰਦੀ ਯਾਨੀ ਸਿੰਧ ਦਾ ਪੁੱਤਰ ਹੋਇਆ ਸਖਰ ਪਖਰ ਠੱਟਾ ਹੋਲ ਹਰਮੇਸ਼ ਅਮਰ ਡਾਗਰ ਡਾਗਰ ਸੀ ਇਹ ਗੈਰ ਆਰੀਆ ਨਸਲ ਸੀ ਯਾਨੀ ਇਹ ਜਿਹੜੇ ਨੇ ਇਹਨਾਂ ਦਾ ਕੋਈ دین ਮਜ਼ਬ ਨਹੀਂ ਸੀ ਕਿਉਂਕਿ ਜਿਹੜਾ ਬੰਦਾ ਸੈਕੂਲਰ ਹੁੰਦਾ ਕਿਸੇ ਮਜ਼ਬਦੂ ਨਹੀਂ ਮੰਨਦਾ ਉਹਨੂੰ ਵੈਰ ਆਰੀਆ ਕਿਹਾ ਜਾਂਦੇ ਨੇ ਔਰ ਆਰੀਆ ਆਖਿਆ ਜਾਂਦਾ ਖੁਦਾ ਦੇ ਪਰਛਾਵੇਂ ਟਿਆ ਖੁਦਾ ਦੀ ਛਾਂ ਇਟ ਰਹਿਣ ਵਾਲੇ ਲੋਕ ਇੱਕ ਖੁਦਾ ਨੂੰ ਮੰਨਣ ਵਾਲੇ ਲੋਕ ਅਗਲਾ ਪੁੱਤਰ ਸੀ ਜਲੂਦਰ ਉਹਦਾ ਅਗਲਾ ਪੁੱਤਰ ਸੀ ਜਾਸ਼ਰ ਉਹਦਾ ਦੂਜਾ ਨਾਮ ਲੌਦਰ ਵੀ ਸੀ ਉਹ ਇਹਦੇ ਤੋਂ ਸਮੂਦ ਦੀ ਨਸਲ ਟੁਰੀ ਉਹਦਾ ਅਗਲਾ ਪੁੱਤਰ ਸੀ ਗੁਜਰਾਤ ਤੇ ਅਗਲਾ ਪੁੱਤਰ ਸੀ ਗਾਰਾ ਜਿਹਦਾ ਦੂਜਾ ਨਾਮ ਹੜੱਪਾ ਵੀ ਹੈ ਤੇ ਉਹਦੂ ਅਗਲਾ ਪੁੱਤਰ ਟੈਕਸਲਾ ਤੇ ਉਹਦੂ ਅਗਲਾ ਪੁੱਤਰ ਹੰਡ ਜਿਹੜਾ ਸੁਆਬੀ ਵੀ ਦੂਜਾ ਨਾਮ ਸੀ ਉਹਦਾ ਤੇ ਅਗਲਾ ਪੁੱਤਰ ਸੀ ਆਸਾਮ ਤੇ ਅਗਲਾ ਪੁੱਤਰ ਸੀ ਤਾਮਲੀ ਜਿਹਦੇ ਤੋਂ ਤਾਮਲ ਕੌਮ ਜੜੀ ਬਣੀ ਉਹਦੂ ਅਗਲੇ ਪੁੱਤਰ ਦਾ ਨਾਮ ਸੀ ਉਹਨਾਂ ਦਾ ਮੂਲਾ ਜਿਹਦੇ ਤੋਂ ਮਲਸਤਾਨ ਮੂਲਸਤਾਨ ਜਾਂ ਮਲਤਾਨ ਬੜਿਆ ਮਲਤਾਨ ਦਾ ਦੂਜਾ ਨਾਮ ਸ਼ੇਪੂਰਾ ਵੀ ਇੱਕ ਜ਼ਮਾਨੇ ਚ ਰਿਹਾ ਹੈ ਅਗਲਾ ਪੁੱਤਰ ਸੀ ਮੀਜ਼ੂਰਾਮ ਤੇ ਉਹਦੂ ਅਗਲਾ ਪੁੱਤਰ ਮਕਰਾਨ ਜਿਹਦੇ ਜਿਹਦਾ ਦੂਜਾ ਨਾਮ ਮਕਾਨ ਵੀ ਹੈ ਤੇ ਕਰਮਾਨ ਹੰਵਾਦਰ ਜਿਹਦਾ ਦੂਜਾ ਨਾਮ ਗਵਾਦਰ ਵੀ ਏ ਕੀ ਕਾਂਦ ਕਲਾਤ ਦੂਜਾ ਨਾਮ ਕੀ ਕਾਂਦ ਦਾ ਨਾਮ ਕਲਾਤ ਵੀ ਇੱਥੇ ਖੁਜ਼ਦਾਰ ਤੇ ਸੀਸ ਜਿਹਦੇ ਤੋਂ ਸੀਸਤਾਨ ਦਾ ਇਲਾਕਾ ਜਿਹੜਾ ਵਸਿਆ ਅੱਗੋਂ ਜਿਹੜਾ ਮੂਲਾ ਨਾ ਇਹਦੇ ਪੁੱਤਰਾਂ ਜੋ ਸਰਵਾਈ ਤੇ ਇਰਮ ਤੇ ਕਾਹੂ ਜੁਕਰ ਡੀਜੀ ਅਰੋੜ ਦੁਹਾਗਾ ਰੋੜਕਾ ਤੇ ਅੱਗੋਂ ਇਰਮ ਦੇ ਪੁੱਤਰ ਊਜ ਤੇ ਊਜ ਦਾ ਪੁੱਤਰ ਫੇਰ ਇਰਮ ਤੇ ਉਰਮ ਦਾ ਪੁੱਤਰ ਆਦ ਗੀਦੇ ਤੋਂ ਮੁੰਡੀ ਕੋਮ ਚੱਲੀ ਤੇ ਅੱਗੋ ਦਾ ਪੁੱਤਰ ਹੋਇਆ ਜਲੂਦ ਸਹਿਰੀਬ ਪਤਨ ਇਹ ਸਾਰੇ ਉਹਦੇ ਬੇਟੇ ਪੁੱਤਰ ਹੋਏ ਜਿਨ੍ਹਾਂ ਨੇ ਪਤਨ ਮੰਦਾਰਾ ਵਸਾਇਆ ਤੇ ਅੱਗੋ ਜਲੂਦ ਦਾ ਪੁੱਤਰ ਆਪਣਾ ਪਾ ਹੋਇਆ ਤੇ ਪਾ ਦਾ ਪਾ ਤੇ ਵਿਸ਼ਨੂੰ ਵੇਸ ਪਾ ਦਾ ਪੁੱਤਰ ਵਿਸ਼ਨੂੰ ਵੇਸ ਤੇ ਵਿਸ਼ਨੂੰ ਵੇਸ ਦਾ ਹਜ਼ਰਤ ਹੂਦ ਲੈ ਸਲਾਮ ਜਿਨ੍ਹਾਂ ਨੂੰ ਗੋਰਖ ਵੀ ਆਖਿਆ ਜਾਂਦਾ ਤੇ ਹਜ਼ਰਤ ਹੂਦ ਲੈ ਸਲਾਮ ਦੇ ਪੁੱਤਰ ਹੋਏ ਜੀ ਅਰੜ ਇਹ ਹਰੀੜ ਇਹਨਾਂ ਦੇ ਨਾਂ ਤੋਂ ਕਿਲਾ ਜਿਹੜਾ ਹੈ 150 ਫੁੱਟ ਉੱਚਾ ਦਾਦੂ ਦੇ ਵਿੱਚ ਮੌਜੂਦ ਹੈ ਦੂਜਾ ਪੁੱਤਰ ਇਹਨਾਂ ਦਾ ਗੱਬਰ ਸੀ ਅਗਲਾ ਪੁੱਤਰ ਬੱਬਰ ਉਦੋਂ ਅਗਲਾ ਪੁੱਤਰ ਤੰਦੂਰ ਉਦੋਂ ਅਗਲਾ ਪੁੱਤਰ ਬਰਬਰਾ ਉਦੋਂ ਅਗਲਾ ਪੁੱਤਰ ਹੇਮ ਤੇ ਅੱਗੋਂ ਫਿਰ ਬਰਬਰੇ ਦੇ ਤਿੰਨ ਪੁੱਤਰ ਹੋਏ ਜੀ ਅਬਰੂ ਅਬਰ ਤੇ ਅਬਰੀਨ ਮੁਰਕੇ ਅਬਰੂ ਜਿਹੜਾ ਉਹਦਾ ਪੁੱਤਰ ਹੋਇਆ ਕਹਤਾਨ ਤੇ ਕਹਤਾਨ ਦਾ ਹੋਇਆ ਕਹਤਾਨ ਦੇ ਅੱਗੋਂ ਪੁੱਤਰ ਹੋਏ ਯਕਤਾਨ ਫਲਜ ਸਲਜੇ ਤੇ ਯਾਰਬ ਯਾਰਬ ਜਿਹੜੇ ਨਾ ਜੀ ਇਹ نسل ਜਿਹੜੀ ਹੈ ਇਹ ਯਮਨ ਚਲੀ ਗਈ ਇਨਾ ਉੱਥੇ ਜਾ ਕੇ ਤਿੰਨ ਡੈਮ ਬਣਾਏ ਜਿਹੜੇ ਬਾਅਦ ਚ ਰੁੜ ਗਏ ਔਰ ਉਹ ਇਲਾਕਾ ਜੰਗਲ ਹੋ ਗਿਆ ਇਸੇ ਕੌਮ ਨੂੰ ਸੁਬਾਹ ਦੀ ਕੌਮ ਆਖਿਆ ਜਾਂਦਾ ਸੀ ਜਿਹਦੇ ਚ ਮਲਕਾ ਬਲਕੀਸ ਜਿਹਦਾ ਜ਼ਿਕਰ ਹੈ حضرت ਸੁਲੈਮਾਨ علیہ السلام ਨਾਲ ਦੱਸਿਆ ਜਾਂਦਾ ਕਿ ਕੁਰਾਨ ਚ ਇਹ ਉਹਨਾਂ ਨੇ ਨਿਕਾਹ ਵੀ ਕੀਤਾ حضرت ਮਲਕਾ ਬਲਕੀਸ ਦੇ ਨਾਲ ਤੇ ਅਗੋਂ ਯਕਤਾਨ ਤੇ ਯਕਤਾਨ ਦਾ ਪੁੱਤਰ ਹੋਇਆ ਸ਼ਾਰਖ ਉਹਦਾ ਦੂਜਾ ਨਾਮ ਮੱਬਾ ਵੀ ਸੀ ਤੇ ਅੱਗੋਂ ਫਿਰ ਸ਼ਾਰਫ ਦਾ ਪੁੱਤਰ ਹੋਇਆ ਨਹੂਰ ਇਹਨਾਂ ਦਾ ਦੂਜਾ ਨਾਮ ਸੀ حضرت ਈਯੂਬ ਅਲੈਹਿਸਲਾਮ ਅਵਲ ਇਹ ਮਲਤਾਨ ਦੇ ਵਿੱਚ ਚਰ ਮਲਤਾਨ ਦੇ ਬਾਦਸ਼ਾਹ ਵੀ ਸਨ ਤੇ ਮਲਤਾਨ ਇਹ ਰਸੂਲ ਵੀ ਸਨ ਚੇਤੇ ਰਵੇ ਕਿ حضرت ਈਯੂਬ ਤਰਅ ਹੋਏ ਨੇ ਇੱਕ ਬਨ ਇਸਰਾਇਲ ਦੇ ਵਿੱਚ ਹੋਏ ਨੇ ਇੱਕ ਹੋਰ ਨੇ ਤੇ ਇੱਕ ਇਹ ਨੇ ਇਹਨਾਂ ਦਾ ਕਿਤੇ ਵੱਖਰਾ ਵੱਖਰਾ ਵੇਰਵਾ ਵੀ ਅਸੀਂ ਜ਼ਰੂਰ ਕਰਾਂਗੇ ਅੱਗੋਂ حضرت ਈਯੂਬ ਅਲੈਹਿਸਲਾਮ ਹੋਰਾਂ ਦੇ ਪੁੱਤਰ ਹੋਏ ਜੀ ਸ਼ੱਬਰ ਬਸ਼ਰ ਸ਼ਬੀਰ ਤੇ ਬਸ਼ੀਰ ਹਾਰਾਨ ਜਿਹੜੇ ਮਾਈ ਸਾਇਰਾ ਦੇ ਬਾਪ ਸਨ ਤੇ ਤਾਰਖ ਤੇ ਆਜ਼ਰ ਅਗੋ ਤਾਰਖ ਦੇ ਪੁੱਤਰ ਹੋਏ ਜੀ حضرت ابراہیم علیہ السلام ਤੇ ਫਾਉਰ ਤੇ ਨਾਹੂਰ ਤੇ ਹਾਰਾਨ ਹਾਰਾਨ ਜਿਹੜੇ ਸੰਦਰ حضرت ਲੋਤ علیہ السلام ਦੇ ਵਾਲਦ ਸਨ ਅਗੋ حضرت حضرت ابراہیم علیہ السلام ਉਹਨਾਂ ਦੇ ਪੁੱਤਰ ਹੋਏ ਜੀ حضرت ਇਸਮਾਈ ਇਹਨਾਂ ਨੂੰ ਅਥਰੂ ਭਗਵਾਨ ਵੀ ਆਖਦੇ ਸਨ ਤੇ ਦੂਜੇ ਪੁੱਤਰ ਸਨ حضرت ਇਸਹਾਕ ਜਿਨ੍ਹਾਂ ਨੂੰ ਅੰਗਰਸੀ ਭਗਵਾਨ ਆਖਿਆ ਗਿਆ ਤੇ حضرت ਇਸਮਾਇਲ ਦੇ ਪੁੱਤਰ ਜਿਹੜੇ ਹੋਏ ਉਹ ਹੋਏ ਨਿਆਬੂਤ ਕਰਨ ਤੇ ਮਿਸ਼ਾ ਤੇ ਕੀਦਾਰ ਤੇ ਉਮੇਲ ਤੇ ਪਬੇਲ ਯਾਨੀ ਇਹ حضرت ਇਸਮਾਇਲ ਦੇ ਵੈਸੇ ਤੇ 12 ਪੁੱਤਰ ਸਨ ਔਰ ਲੇਕਿਨ ਇਹ ਜਿਹੜੇ ਮਸ਼ਹੂਰ ਹੋਏ ਇਹਨਾਂ ਦੇ ਵਿੱਚੋਂ ਮਿਸ਼ਾ ਦੇ ਮੁਕਾਬਸਾ ਆ ਕੀਦਾਰ ਜਿਹੜੇ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵੈਲ ਸਲਮ ਹੋਰਾਂ ਦੇ ਜਦੇ ਅਮਜ ਸਨ ਅਮੇਲ ਤੇ ਪਮੇਲ ਜਿਹੜੇ ਨੇ ਇਹ ਸਹਾਬੇ ਰਾਸ ਦੀ ਨਸਲ ਇਹਨਾਂ ਤੋਂ ਚੱਲੀ ਅੱਗੋਂ ਨਿਆਬੂਦ ਦਾ ਪੁੱਤਰ ਹੋਇਆ ਜੀ ਉਤਰੀ ਉਹਦਾ ਦੂਜਾ ਨਾਰਚੀ ਵੀ ਸੀ ਔਰ ਇਹ ਖਾਨਦਾਨ ਪਰਤਕੇ ਅਰਬ ਦੇ ਵਿੱਚੋਂ ਫੇਰ ਜੱਟ ਦੇਸ਼ ਦੇ ਵਿੱਚ ਆ ਗਿਆ ਸੀ ਮੁੜ ਕੇ ਉਤਰੀ ਦਾ ਪੁੱਤਰ ਹੋਇਆ ਜੀ ਬਰੂਨ ਤੇ ਨਰੀ ਤੇ ਚੰਦਰਮਾਨ ਇਹ ਤਿੰਨ ਪੁੱਤਰ ਹੋਏ ਉਤਰੀ ਦੇ ਯਾਨੀ ਉਤਰੀ ਤੇ ਅਰਚੀ ਕੋਈ ਨਾ ਹੈ ਤੇ ਬਰੂਨ ਜਿਹੜਾ ਇਹਦੇ ਚੋਂ ਜਮਗਦਨੀ ਤੇ ਪਰਸਨਾ ਮੋਏ ਜਿਹੜਾ ਹਿੰਦੂਆਂ ਦਾ 6ਵਾਂ avatars ਸੀ ਤੇ ਨਰੀ ਦੀ ਨਸਲੋਂ ਸੂਰਜ ਜਿੱਥੋਂ ਸੂਰਜਵੰਸੀ ਕਬੀਲਾ ਚੱਲਿਆ ਤੇ ਚੰਦਰਮਾਨ ਦੀ ਨਸਲੋਂ ਚੰਦਰਵੰਸੀ ਕਬੀਲਾ ਚੰਦਰਮਾਨ ਦਾ ਪੁੱਤਰ ਚੰਦਰਸੀਗੀ ਦੇ ਤੋਂ ਅੱਗੋਂ ਜੱਟਾਂ ਦਾ ਚੰਦਰਵੰਸੀ ਕਬੀਲਾ ਚੱਲਿਆ ਅੱਗੋਂ ਨਰੀ ਦਾ ਪੁੱਤਰ ਹੋਇਆ ਸੂਰਜ ਜਿੱਥੋਂ ਸੂਰਜਵੰਸੀ ਛਾਖ ਜਿਹੜੀ ਜੱਟਾਂ ਦੀ ਟੁਰ ਪਈ ਤੇ ਫੇਰ ਉਸ ਦਾ ਪੁੱਤਰ ਹੋਇਆ ਕਸ਼ੇਪ ਤੇ ਕਸ਼ੇਪ ਦਾ ਪੁੱਤਰ ਹੋਇਆ ਕਰਨ ਤੇ ਕਰਨ ਦਾ ਫੇਰ ਕਸ਼ੇਪ ਤੇ ਕਸ਼ੇਪ ਦਾ ਪੁੱਤਰ ਦਿਓਲ ਦਿਓਲ ਦੇ ਦੋ ਪੁੱਤਰ ਹੋਏ ਨੇ ਮੰਨੂ ਤੇ ਵੱਛਾ ਮੰਨੂ ਜਿਹੜਾ ਸੀ ਉਹਦੀ ਨਸਲੋਂ ਰਾਮਚੰਦਰ ਜੀ ਦਾ ਜਿਹੜਾ ਜੱਟਾਂ ਦਾ سلسلہ ਸੀ ਇਹ ਚੱਲਿਆ ਰਾਮਚੰਦਰ ਜੀ ਤੇ ਲక్ష్మణ ਤੇ ਉਹ ਜਿਹੜੇ ਪਰਸਨ ਭਰਾ ਉਹਨਾਂ ਦੇ ਸਾਰੇ ਰਾਜੇ ਜਸਰਤ ਦੇ ਬੇਟੇ ਤੇ ਦੂਜਾ ਪੁੱਤਰ ਸੀ ਵੱੱਛਾ ਇਹ ਪਹਿਲਾ ਸੂਰਜਮੰਸੀ ਮਹਾਰਾਜਾ ਹੋਇਆ ਜੱਟਾਂ ਦੇ ਵਿੱਚੋਂ ਅੱਗੂ ਵੱੱਛੇ ਦਾ ਪੁੱਤਰ ਸੀ ਕਛਵਾ ਤੇ ਕਛੂਏ ਦਾ ਪੁੱਤਰ ਸੀ ਬੁੱਧ ਬੁੱਧ ਦਾ ਪੁੱਤਰ ਸੀ ਸ਼ਿਸ਼ਪਾਲ ਸ਼ਿਸ਼ਪਾਲ ਦਾ ਪੁੱਤਰ ਸੀ ਹਮਸਾ ਚਾਲਕ ਜਿਹਨੂੰ ਸਤਗੁਰ ਚਾਲਕ ਵੀ ਆਂਦੇ ਨੇ ਤੇ ਗੋ ਦਾ ਪੁੱਤਰ ਸੀ ਆਧੂ ਚਾਲਕ ਤੇ ਆਧੂ ਚਾਲਕ ਦਾ ਪੁੱਤਰ ਮੰਗਰ ਚਾਲਕ ਤੇ ਮੰਗਰ ਚਾਲਕ ਦਾ ਪੁੱਤਰ ਨਿਰਮਲ ਚਾਲਕ ਤੇ ਇਹਨੂੰ ਰਾਹੁਲ ਚਾਲਕ ਵੀ ਆਖਦੇ ਨੇ ਤੇ ਰਾਹੁਲ ਚਾਲਕ ਦਾ ਨਿਰਮਲ ਚਾਲਕ ਦਾ ਪੁੱਤਰ ਨਰਾਸ਼ਨ ਚਾਲਕ ਇਹਨੂੰ ਨਰਾਸ਼ ਚਾਲਕ ਵੀ ਆਂਦੇ ਸਨ ਤੇ ਗੋ ਦਾ ਪੁੱਤਰ ਹੋਇਆ ਮਹਿੰਦਰ ਚਾਲਕ ਤੇ ਮਹਿੰਦਰ ਚਾਲਕ ਦਾ ਪੁੱਤਰ ਹੋਇਆ ਮਾਸ ਚਾਲਕ ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ ਤੇ ਗੋ ਦਾ ਸੂਰਜ ਚਾਲਕ ਤੇ ਗੋ ਦਾ ਹੋਇਆ ਲੀਲਾ ਚਾਲਕ ਲੀਲਾ ਚਾਲਕ ਦਾ ਪੁੱਤਰ ਅਮਰਤ ਚਾਲਕ ਤੇ ਅਮਰਤ ਚਾਲਕ ਦਾ ਪੁੱਤਰ ਗਿਆਨ ਚਾਲਕ ਤੇ ਗਿਆਨ ਚਾਲਕ ਦਾ ਪੁੱਤਰ ਅਮਰਮਲ ਅਮਰਮਲ ਦਾ ਪੁੱਤਰ ਗੁਲਾਬ ਚਾਲਕ ਤੇ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ ਹਸ਼ਮਤ ਚਾਲਕ ਦਾ ਪੁੱਤਰ ਪੂਰਾ ਚਾਲਕ ਤੇ ਪੂਰਾ ਚਾਲਕ ਦਾ ਪੁੱਤਰ ਜ਼ਬਰਮਲ ਜ਼ਬਰਮਲ ਦਾ ਪੁੱਤਰ ਹਮਸਰ ਰਾਜੇ ਤੇ ਹਮਸਰ ਰਾਜ ਦਾ ਪੁੱਤਰ ਭੋਜ ਰਾਜੇ ਤੇ ਭੋਜ ਰਾਜ ਦਾ ਪੁੱਤਰ ਸੂਰਜ ਮੁਖੀ ਰਾਜ ਤੇ ਸੂਰਜਮੁਖੀ ਰਾਜ ਦਾ ਪੁੱਤਰ ਕਿਰਨਰਾਜ ਤੇ ਕਿਨ ਕਿਰਨਰਾਜ ਦਾ ਪੁੱਤਰ ਚੰਦਰਸੀਨ ਰਾਜ ਚੰਦਰਸੀਨ ਰਾਜ ਦਾ ਪੁੱਤਰ ਗਵਾਸੰਗ ਸੀਨ ਤੇ ਗਵਾਸੰਗ ਸੀਨ ਦਾ ਪੁੱਤਰ ਕਵਾਸੰਗ ਸੀਨ ਕਵਾਸੰਗ ਸੀਨ ਦਾ ਪੁੱਤਰ ਬਾਲਦਾ ਸੀਨ ਤੇ ਬਾਲਦਾ ਸੀਨ ਦਾ ਪੁੱਤਰ ਦੂਦੇਸ਼ੀ ਰਾਜ ਦੂਦੇਸ਼ੀ ਰਾਜ ਦਾ ਪੁੱਤਰ ਰੂਦੇਸ਼ੀ ਰਾਜ ਤੇ ਰੂਦੇਸ਼ੀ ਰਾਜ ਦਾ ਪੁੱਤਰ ਹਮਸਾ ਸੀਨ ਤੇ ਹਮਸਾ ਸੀਨ ਦਾ ਪੁੱਤਰ ਜੀ ਮੂਲ ਰਾਜ ਅਗੋਂ ਮੂਲ ਰਾਜ ਦੇ ਪੁੱਤਰ ਹੋਏ ਜੀ ਰਾਚਾਲਕ ਰਾਜ ਚੁਨੀਰ ਰਾਉ ਨੀਰ ਰਾ ਪਨੀਰ ਰਾ ਚੁਨੀਰ ਰਾ ਸੁਨੀਰ ਰਾ ਰੋ ਨੀਰ ਰਾ ਪਨਵਾਰ ਰਾ ਪਾਟਿਆ ਰਾ ਗੋਰਜਰ ਰਾ ਪਰਮਾਰ ਰਾ ਚਲੋਕ ਯਾਨੀ ਸੁਲੰਗੀ ਤੇ ਰਾ ਪ੍ਰਿਹਾਰ ਯਾਨੀ ਪਢਿਆਰ ਤੇ ਰਾ ਚਾਹੂਮਾਨ ਚੋਹਾਨ ਤੇ ਗੋ ਧੀਆਂ ਹੋਈਆਂ ਜੀ ਇਹਦੇ ਵੱਲ ਮਮਲ ਦੇਵੀ ਸੁਖੜ ਦੇਵੀ ਸਰਲ ਦੇਵੀ ਤੇ ਛਪੜ ਦੇਵੀ ਮੂਲ ਰਾਜ ਦਾ ਜਿਹੜਾ ਪੁੱਤਰ ਸੀ ਨਾ ਇਹ ਛੁਨੀਟਰ ਉਹਦੇ ਘਰ ਪੁੱਤਰ ਹੋਏ ਚੰਗਰ ਚਾਂਦ ਚਾਦਣਾ ਚਨਾੜ ਚੰਡ ਚਵੀਕਾ ਨੋਤਾਰ ਤੇ ਚੰਨ ਅਗੋਂ ਚੰਨਾ ਦੇ ਪੁੱਤਰ ਹੋਏ ਨੇ ਜੀ ਬਾਰੀ ਬੁੱਧਾ ਬੁੱਚ ਤੇ ਗਾਂਇਚਾ ਬੱਚਰ ਲੱਭਾ ਮੌਜੂ ਚੰਦੂ ਮੋਢਾ ਸੁਧ ਸਿਹੜਾ ਰਿਹਾਨ ਅਯਾਨਾ ਵਿਹਣਾ ਮੂਸਾ ਦਰ ਬੇਟਾ ਬੜਾ ਚੁਗ ਚੌਲ ਗੋਲਾ ਦਰਗਾਇਆ ਮਮਦਾ ਜੁਮਾ ਸੁਖਿਆ ਤੇ ਮੁੱਲਾ ਇਹ ਸਾਰੇ ਚੰਨਾ ਦੇ ਪੁੱਤਰ ਹੋਏ ਨੇ ਤੋਂ ਪਿਆਰਿਓ ਇਹ ਸੀ ਜ਼ਿਕਰ ਚੰਨਾ ਜੱਟ ਕਬੀਲੇ ਦਾ ਅਹਿਵਾਲ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਇਹਦੇ ਨਾਲ ਹੀ ਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜੀਉਂਦੇ ਰਹੋ ਖੁਸ਼ ਰਹੋ ਤੁਹਾਡੇ ਨਾਲ ਮਿਲਨੇ ਆ ਫੇਰ ਕਿਸੇ ਅਗਲੀ ਵੀਡੀਓ ਵਿੱਚ